आया कश्मीर दिया रंग कीता बंगले नू ओ माया कश्मीर दिया रंग कीता बंगले नू वे ना दुखिया पोये वे ना दुखिया पोये ना करिए अगले नू ओ माया कश्मीर दिया ना करिए कश्मीर दिया कोई लकड़ी दे पेचे नी ओ कमला ना बन माया ओ कमला ना बन माया किसे सजन मी वेचे नी ओ माया कश्मीर दिया किसे सजन मी वेचे नी साडे बागां विच फुल ने गुलाबी ते फुला ते तरेल होवे होवे चौदवी चन्न दी रात होवे चौदवी चन्न दी रात ते जदू साडा मेल होवे ते जदू साडा मेल होवे ओ माया कश्मीर दिया कोई मसरा नू मसर लगे ओ माया कश्मीर दिया कोई मसरा नू मसर लगे वे सजना नू राजी रखिए सजना नू राजी रखिए भावे आप नू कसर लगे ओ माया कश्मीर दिया भावे आप नू कसर लगे साडे बागां विच पींगा ने पईयां ते आरल चाड़ लईए साडी नाजुक मलूक जी जिंदड़ी साडी नाजुक मलूक जी जिंदड़ी ना वख रख साड़ लईए जी वीवर असां पहुंचे हां इंटरनेशनल एयरपोर्ट इस्लामाबाद जाजा नाडा लिस्ट परवाजा ने लेने नी पहला नंबर जिहड़ा लिखिया मैं 234 PK 234 इंतजार है 8:15 पर इतने लेना से 12:50 टाइम इतने लिखे है लेकिन जोड़ा इसका शेड्यूल टाइम इंटरनेट पर इसका स्टेटस आई रहा उसने पिछले तकरीबन 1 बजे लेनी है लगी दसने कि एयरपोर्ट ने विजिट कराने के पिछले टाइम आ रहे हो इंशाल्लाह क्योंकि चंगी वीडियो तक लेते हैं बटन दबो हम खुल जी मैं खुली बंद हो गया जी ये हूँ जुले उपर मैं जाने वन प्ले कीता हूँ चढ़ सर थोड़ी डर ना लगना है चलो जी आने एक दर पाइप बिगड़ी हैं बाहर लिखता थोड़ा जितना बया है लेकिन मैं कौन नहीं जाना गूगल मेला लगी ठीक है लिखिया जी विजिटरी गैलरी ना वखरे के साड़ लिए ਏਰੀਆ ਇਹ ਜਿਹੜਾ ਨਾ ਬਾਹਰ ਬਾਹਰ ਜਿਹੜੇ ਅਸ਼ਨੇ ਨਾ ਲੋਕ ਫਾਲੀ ਸਵਾਰੀ ਲਾਈ ਤਾਂ ਮੁੜੀ ਪੁੰਟ ਲਈ ਜਾਣੇ ਉਹਨਾਂ ਨੇ ਡਿਪਾਰਚਰ ਦੂਨ ਹੈ ਉਹ ਤੋਂ ਕੁਝ ਅੱਜ ਕੱਲ੍ਹ ਤਾਂ ਏਅਰ ਸਿਆਲ ਵਾਲਿਆਂ ਨੇ ਏਅਰ ਸਿਆਲ ਵਾਲਿਆਂ ਨੇ ਬਹੁਤ ਬੜੀ ਫਲਾਈਟ ਹੈ ਹਾਂ ਤਾਂ ਕੌਣ
ਏਅਰ ਤੇ ਆਲਾ ਲੈਣੇ ਬਹੁਤ ਤਗੜੀ ਫਲੈਟ ਹੈ ਇਹ ਆ ਤਾਂ ਕੋਈ ਜਹਾਜ਼ ਜਾਣਾ ਲੱਗਿਆ ਚਿੱਟਾ ਜਹਾਜ਼ ਤੁਸੀਂ ਲੱਭਣਾ ਵਾ ਤਾਂ ਮੈਂ ਤੁਹਾਨੂੰ ਹਾਈਲਾਈਟ ਕਰੀ ਦੇਣਾ ਥੋੜਾ ਜਿਹਾ ਕੀ ਗੈਸ ਕੀ ਦੇਣਾ ਸੀ ਟਾਈਮ ਰਹੀ ਗਿਆ ਜੀ ਤਕਰੀਬਨ ਘੰਟਾ ਇੱਕ ਤਾਂ ਹੁਣ ਵਕਤ ਗੁਜ਼ਾਰੀ ਕਰਨੇ ਆ ਇਹਦੇ ਤਾਂ ਏਅਰਪੋਰਟਾਂ ਨਾਲ ਏਰੀਆ ਨੇ ਇਹ ਪਾਰਕਿੰਗ ਏਰੀਆ ਤੁਸੀਂ ਦੱਸਣਾ ਇਹ ਬੜਾ ਵੀ ਆਈ ਪੀ ਬਣਤੇ ਆਏ ਆ ਤਾਂ ਕੌਣ ਇਹ ਹੈ ਜੀ ਜਹਾਜ਼ਾਂ ਦਾ ਅੱਡਾ ਇਸਲਾਮਾਬਾਦ ਇਹ ਤਾਂ ਕੌਣ ਪਾਰਕਿੰਗ ਏਰੀਆ ਇਸ ਨਾਲ ਮਾਹੌਲ ਵੀ ਆਈ ਪੀ ਹੈ ਸਹੀ ਜ਼ਬਰਦਸਤ ਕਿਸਮ ਨਾਲ ਇਹ ਪਾਰਕਿੰਗ ਏਰੀਆ ਤੁਸੀਂ ਦੱਸਿਆ ਪਿੱਛੇ ਤੱਕੋ ਹੁਣ ਅਸਾਂ ਆਏ ਸਾਂ ਰੋਡਲੀ ਸਾਈਡ ਅਸਾਂ ਕੋਈ ਜਹਾਜ਼ ਲੈਣਾ ਵਾ ਤੁਸੀਂ ਦੱਸਾਂ ਜਾਂ ਚੜ੍ਹਨਾ ਵਾ ਲੇਕਿਨ ਉਹ ਇਹ ਤਕਰੀਬਨ ਜਿਹੜਾ ਨਾ ਸਾਰਾ ਏਰੀਆ ਉਹਨਾਂ ਕੰਟਰੋਲ ਕੀਤੇ ਆ ਵੈ ਕੋਈ ਨਜ਼ਰ ਰੱਖਣਾ ਇੱਥੇ ਬਾਕੀ ਹੁਣ ਪਾਈ ਹੋਰ ਅੱਛਾ ਤਾਂ ਫਿਰ ਬਣਾਉਣੇ ਆ ਬੈਟਰੀ ਥੋੜ੍ਹੀ ਜਿਹੀ ਰਹਿਣੀ ਹੈ ਦੱਸਣਾ ਵੀ ਥੋੜ੍ਹਾ ਜਿਹਾ ਧਿਆਨ ਕਰਨਾ ਪੈਸੀ ਕਸ਼ਮੀਰ ਦਿਆ ਕੋਈ ਲੱਕੜ ਸਵਾਗੇ ਦੀ ਓ ਮਾਇਆ ਕਸ਼ਮੀਰ ਦਿਆ ਕੋਈ ਲੱਕੜ ਸਵਾਗੇ ਦੀ ਵੇ ਲੈ ਚੱਲ ਵਤਨਾ ਤੇ ਵੇ ਲੈ ਚੱਲ ਵਤਨਾ ਤੇ ਮੈਂ ਵਤਨ ਤਵਾਡੇ ਦੀ ਓ ਮਾਇਆ ਕਸ਼ਮੀਰ ਦਿਆ ਮੈਂ ਵਤਨ ਗਈ ਹੈ ਲਈ ਹੁਣ ਇੰਤਜ਼ਾਰ ਹੈ ਕਿ ਕਿਤਨੀ ਦੇਰ ਚ ਭਾਈ ਬਾਹਰ ਫਲੈਟ ਓਵਰਆਲ ਜਿਹੜੀ ਆ ਉਹ ਲਈ ਗਈ ਹੈ ਟਾਈਮ ਟਾਈਮ ਲੱਗ ਜਾਵੇ ਤਾਂ ਹੁਣ ਵੇਟਿੰਗ ਏਰੀਏ ਖਲਤੇ ਹਾਂ ਤਾਂ ਵੀ ਤੱਕੋ ਮਤਾ ਕੜਾ ਲੈ ਬਾਹਰ ਰਸ਼ਨੇ ਕਸ਼ਮੀਰ ਦਿਆ ਕੋਈ ਲੱਕੜ ਸਵਾਗੇ ਦੀ ਵੇ ਲੈ ਚੱਲ ਵਤਨਾ ਤੇ ਵੇ ਲੈ ਚੱਲ ਵਤਨਾ ਤੇ ਮੈਂ ਵਤਨ ਤਵਾਡੇ ਕਸ਼ਮੀਰ ਦਿਆ ਮੈਂ ਵਤਨ ਤੁਆਡੇ ਦੀ ਸਾਡੇ ਬਾਲਾਂ ਵਿੱਚ ਉੱਡਦੇ ਮੋਰ ਅਜਬ ਬਹਾਰਾਂ ਨੇ ਇੱਕ ਤੇਰੇ ਬਾਜੂ ਸੋਹਣਿਆ ਸਜਣਾ ਇੱਕ ਤੇਰੇ ਬਾਜੂ ਸੋਹਣਿਆ ਸਜਣਾ ਵੇ ਦਰਦ ਹਜ਼ਾਰਾਂ ਨੇ ਲਿਫਟਾਂ ਦਾ ਇੰਤਜ਼ਾਰ ਹੈ ਜੀ ਢੱਲੀ ਜੇ ਲਿਫਟ ਥੱਲੇ ਤਾਂ ਹੁਣ ਇਸ ਨੇ ਅੰਦਰ ਬਰਸਾਂ ਸਮਾਨ ਸਮਾਨ ਚਾਹੀਦਾ ਇਹ ਅਗਲੀਆਂ ਸਵਾਰੀਆਂ ਬਾਹਰ ਨਿਕਲੀਆਂ ਨੇ ਮਸ਼ੀਨ ਬਾੜੀ ਹੈ ਰੇਹੜੀ ਅੰਦਰ ਮਸੌਦ ਸਾਹਿਬ ਕਾਦਰ ਸਾਹਿਬ ਵੀ ਅੰਦਰ ਦਾਖਲ ਹੋ ਗਏ ਤਾਂ ਹੁਣ ਜਨਾਬ ਇਸ ਨੂੰ ਤੱਕਣੇ ਆ ਉੱਡਣੇ ਨਾਲ ਇੰਤਜ਼ਾਰ ਹੈ ਬਟਨ ਪ੍ਰੈਸ ਕਰੀ ਉੜਿਆ ਜੀ ਰੋਟੀ ਖਾਣੇ ਲੱਗੇ ਵੇ ਜੀ ਨਾਜ਼ਰੀਨ ਆਈ ਗਏ ਜੀ ਦਣਗਲੀ ਨੇ ਪੁੱਲ ਹੈ ਪਰ ਦੇਖੋ ਵਾਮ ਫਿਰਨਾ ਸੁਣਿਆ ਤਾਂ ਆਏ ਵੀ ਹੈ ਕਿਤਨਾ ਇੱਥੇ ਰਸ਼ ਪਿਆ ਹੋਇਆ ਅੱਗੇ ਪਿੱਛੇ ਕਾਫੀ ਜ਼ਬਰਦਸਤ ਮਾਹੌਲ ਹੈ ਇਹ ਤੱਕ ਉਹ ਜਿੱਥੇ ਤੱਕ ਅਸੀਂ ਪਾਰ ਜੋਲਾਂ ਇਹ ਜਨਾਬ ਅੱਗੇ ਪਿੱਛੇ ਵਾਮ ਕਾਫੀ ਸਾਰੀ ਆਈ ਵੀ ਹੈ ਤਾਂ ਜ਼ਬਰਦਸਤ ਇੱਥੇ ਇੰਜੋਏਮੈਂਟ ਹੋ ਰਿਹਾ ਇਹ ਜੀ ਦਰਿਆ ਇਹ ਜੇਹਲਮ ਤਾਂ ਨੀਲਮ ਇੱਥੋਂ ਇਹ ਦਣਗਲੀ ਇਹ ਹਾਲੀ ਅਜੇ ਜਿਹੜਾ ਦਰਿਆ ਨਹੀਂ ਆਤਾ ਕੀ ਹੈ ਉਹ ਅਮਰੀਕਾ ਇਤਨੇ ਦੂਰ ਕਸ਼ਤੀਆਂ ਥੱਲੇ ਤਾਂ ਉੱਥੇ ਆਉਣਾ ਤਾਂ ਜੁਲਾ ਤਾਂ 700 ਰੁਪਈਆ ਦਿਓ ਹੈ ਮੈਂ ਕਿੱਥੋਂ ਆਇਆ ਮੈਂ ਆਇਆ ਜੀ ਖਲੋ ਜੀ ਅਸਲਾਮ ਵਾਲੇਕੁਮ ਅਸਲਾਮ ਭਾਈ ਕੀ ਹਾਲ ਹੈ ਅਲਹਮਦੁਲਿਲਾ ਜੀ ਠੀਕ ਠਾਕ ਕਿਆ ਕੁਝ ਹੋ ਰਿਹਾ ਕੋਈ ਨਹੀਂ ਹੈ ਗੇਵ ਸਾਹਿਬ ਇੰਡੀਆ ਦੇ ਤਾਂ ਬੰਦੇ ਨੇ ਖਲ ਦੇ ਤੱਕੇ ਵਿੱਚ ਪਰਦੇ ਵਿੱਚ ਆਇਆ ਅੱਛਾ ਪੱਕੀ ਸੁਣੀ ਜੀ ਨਾ ਇਹ ਚੀਜ਼ ਬੰਦੇ ਬਣਾਏ ਰਹੇ ਸਨ ਜ਼ਬਰਦਸਤ ਹੋ ਗਿਆ ਤਾਂ ਈਦ ਮਨਾਈ ਰਹੇ ਜ਼ਬਰਦਸਤ ਹੋ ਗਿਆ ਤੁਸੀਂ ਈਦ ਮਨਾਈ ਰਹੇ ਹੋ ਹਾਂ ਬਣਾਈ ਰਹੇ ਹਾਂ ਤਾਂ ਈਦ ਬਣਾਈ ਰਹੇ ਹੋ ਠੀਕ ਹੈ ਯਾਨੀ ਇੰਜੋਏ ਕਰੀ ਰਹੇ ਹੋ ਜੀ ਇੰਜੋਏ ਕਰੀ ਜ਼ਬਰਦਸਤ ਹੋ ਗਿਆ ਔਰ ਕਿਆ ਕੁਝ ਸੈਲੀਬ੍ਰੇਟ ਕੀਤੀ ਹੈ ਈਦ ਸਹੀ ਜ਼ਬਰਦਸਤ ਜੀ ਜਿੱਦ ਤੱਕ ਕੋਣੀ ਸੀ ਮਰ ਗਿਆ ਜਿੱਦ ਤੱਕ ਕੋਣੀ ਸੀ ਉਹ ਤਾਂ ਇੰਜੋਏ ਕੀਤੀ ਹੈ ਜ਼ਬਰਦਸਤ ਹੋ ਗਿਆ ਜ਼ਿਆਦਾ ਕੀਤੀ ਹੈ ਜੀ ਅਲਹਮਦੁਲਿਲਾ ਹਾਂ ਕੈਸਾ ਫੀਲ ਕੀਤਾ ਹੈ ਠੀਕ ਹੈ ਰੋਜ਼ੇ ਜ਼ਬਰਦਸਤ ਜੀ ਰੋਜ਼ੇ ਅਲਹਮਦੁਲਿਲਾ ਜੀ ਜ਼ਬਰਦਸਤ ਰੋਜ਼ੇ ਬਿਲਕੁਲ ਮਹਿਸੂਸ ਹੋਇਆ ਕੋਈ ਚੰਗਾ ਜਿਹਾ ਪੈਗਾਮ ਦਿਓ ਨਾ ਪੈਗਾਮ ਇਹ ਹੈ ਜੀ
کہ اے مولانا صاحب انہاں دا چینل جتنا ہو سکے سو لائک کرو سبسکرائب کرو اور شیئر کرو ٹھیک ہے تے ساڈے بھائی نے انہاں اگے ایک دوسرے والی ملاقات ہوئی ہے تے انہاں نے موویے تکیا کرو اگے شیئر کرنے دے ٹھیک ہو اور حال ہے ٹھیک ہو خیریت بھائی نا کا تعارف ہے کدوں آئے ہو جی میں تے نہیں زبردست ہو گیا ٹھیک ہے سیلیبریٹ کر ہی رہے ہو جی جی عوام نا ٹھیک رش ہے سن ایریا وچ تے مقامی لوگ نے اگے وچ آئے گئے نا زبردست ہو گیا کہنے ہو ٹھیک ہے سر اتار کی روٹیاں نہیں ہے ایک سر جی کیا حال ہے کتنے نہیں ہے ایک آئس کریم ٹھیک ہے جی ناظرین ہوں کافی ٹائم ہو گیا موبائل بھی آنے والا بند اللہ سننے والا اگلی ویڈیو میں